ਮੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ, ਨੀ ਤੇਰਾ ਫਾਇਦੇ ਨਾਲੋਂ ਜ਼ਿਆਦਾ, ਤੇਰਾ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ। ਪਰ ਫਸਲਾਂ ਦੇ ਫੈਸਲੇ ਰੁਕੀ ਬਾਬਾ ਮਗਰਲੇ ਕੀ ਗੱਲ, ਨਾਰਾਜ਼ ਹੋ ਮੇਰੇ ਨਾਲ? ਪਰ ਫਸਲਾਂ ਦੇ ਫੈਸਲੇ, ਉਹ ਫਸਲਾਂ ਦੇ ਫੈਸਲੇ, ਫਸਲਾਂ ਦੇ ਫੈਸਲੇ, ਫਸਲਾਂ ਦੇ ਨਾਦਾ, ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ। ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ, ਓਏ ਹੱਕ ਨਾਲ ਲੜਾਂਗੇ, ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ, ਅਸੀਂ ਜਿੱਤਾਂਗੇ ਤੇ ਤੇਗ ਤੇਗ ਫਤਿਹ ਪੜਾਂਗੇ। ਸਾਨੂੰ ਮਾਣ ਵਰੀ ਆਏ ਇਤਿਹਾਸ ਦੇ ਉੱਤੇ, ਉਹ ਇਤਿਹਾਸ ਦੇ ਉੱਤੇ ਸਾਨੂੰ ਮਾਣ ਵਰੀ ਆਏ ਇਤਿਹਾਸ ਦੇ ਉੱਤੇ, ਉਹ ਬਾਕੀ ਦੁੱਧ ਪਾਣੀ ਜੰਗ ਦਾ ਮੈਦਾਨ ਕਰੂਗਾ। ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ। ਪਰ ਫਸਲਾਂ ਦੇ ਫੈਸਲੇ, ਹਾਂ ਮੈਂ ਕਿਹਾ ਫਸਲਾਂ ਦੇ ਫੈਸਲੇ, ਜੀ ਮੈਂ ਕਿਹਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਕਰੇ ਕਬੂਲ, ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ ਸਾਰਿਆਂ ਦਾ। ਸਾਡਾ ਬਾਈ ਬਿਲ ਸਿੰਘ ਬੈਠਾ, ਸਾਡੇ ਸੀਨੀਅਰ ਗਵਈਏ ਬਾਈ, ਯਾਦਾਂ ਤੇਰੀਆਂ ਬੜਾ ਸੁਣਿਆ ਬਾਈ ਅਸੀਂ। ਹਾਂ ਮੈਂ ਤਾਂ ਤੁਹਾਤੋਂ ਵਾਹਵਾ ਛੋਟਾ ਹੋਵਾਂ, ਮੈਨੂੰ ਪਤਾ। ਹਾਂਜੀ ਸਰ, ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ ਸਾਰਿਆਂ ਦਾ, ਡਟੇ ਰਹੋ ਇੱਥੇ। ਬਹੁਤ ਬਹੁਤ ਸ਼ੁਕਰੀਆ ਸਰ, ਮਿਹਰਬਾਨੀ। ਇੱਕ ਸਨਮਾਨ ਨਿਸ਼ਾਨੀ ਪੰਜਾਬੀ ਲੋਕ ਕਲਾ ਕੇਂਦਰ ਰਜਿਸਟਰਡ ਰਾਜਪੁਰਾ ਅਤੇ ਪੰਜਾਬ ਲੋਕ ਕਲਾ ਕੇਂਦਰ ਚੰਡੀਗੜ੍ਹ, ਪ੍ਰਧਾਨ ਸਾਹਿਬ ਸਰਦਾਰ ਸੁਰਿੰਦਰ ਸਿੰਘ ਜੀ, ਸਰਦਾਰ ਰਜਿੰਦਰ ਸਿੰਘ ਜੀ ਅਤੇ ਜਸਵਿੰਦਰ ਜੱਸੀ ਸਰ ਕਾਲੋ ਮਾਜਰਾ ਅਤੇ ਕਨਵਰ ਗਰੇਵਾਲ ਸਾਹਿਬ ਹੋਰਾਂ ਦੇ ਕਰ ਕਮਲਾਂ ਦੇ ਨਾਲ ਸਾਰੀ ਸੰਗਤ ਅੱਜ ਜੁੜੀ ਹੋਈ ਹੈ। ਰਲ ਕੇ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਗਗਨਦੀਪ ਭਾਅ ਜੀ ਹੋਰਾਂ ਦਾ। ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਰੀ ਸੰਗਤ ਵਜਾ ਦਿਓ, ਕਿਉਂਕਿ ਗਗਨਦੀਪ ਭਾਅ ਜੀ ਹੋਰਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਜਥੇਬੰਦੀ ਵੱਲੋਂ ਕਨਵਰ ਗਰੇਵਾਲ ਜੀ ਦਾ ਸਨਮਾਨ ਕੀਤਾ ਜਾਵੇਗਾ। ਸਾਡੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਟੇਜ 'ਤੇ ਆ ਕੇ ਕਨਵਰ ਗਰੇਵਾਲ ਜੀ ਦਾ ਸਨਮਾਨ ਕਰਨਗੇ। ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਕਿਸਾਨ ਏਕਤਾ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਜਵਾਨ ਏਕਤਾ,
ਵੱਡੇ ਬਾਬਾ ਜੀ ਸਰਦਾਰ ਭਗਵਾਨ ਸਿੰਘ ਜੀ ਜਿਨ੍ਹਾਂ ਨੇ ਪਿਛਲੇ 6 ਮਹੀਨੇ ਤੋਂ ਇਕੱਲਿਆਂ ਨੇ ਪੈਟਰੋਲ ਪੰਪ ਬੰਦ ਕੀਤਾ ਹੋਇਆ ਜੀ, ਉਹਨਾਂ ਦਾ ਵੀ ਇਸ ਸਟੇਜ 'ਤੇ ਸਨਮਾਨ ਕੀਤਾ ਜਾਵੇਗਾ। ਬਾਬਾ ਭਗਵਾਨ ਸਿੰਘ ਜੀ, ਬਾਬਾ ਭਗਵਾਨ ਸਿੰਘ ਜੀ, ਪੰਜਾਬੀ ਲੋਕ ਕਲਾ ਕੇਂਦਰ ਰਜਿਸਟਰ ਰਾਜਪੁਰਾ ਦੇ ਵੱਲੋਂ ਅਤੇ ਪੰਜਾਬ ਲੋਕ ਕਲਾ ਕੇਂਦਰ ਦੇ ਸਾਡੇ ਸਰਪ੍ਰਸਤ ਸਰਦਾਰ ਸੁਰਿੰਦਰ ਸਿੰਘ ਜੀ ਅਦਾਰਾ ਪੰਜਾਬੀ ਟ੍ਰਿਬਿਊਨ ਤੋਂ ਮਾਣਯੋਗ ਡੱਲੇਵਾਲ ਸਾਹਿਬ ਹੋਰਾਂ ਦਾ ਸਨਮਾਨ ਹੋ ਰਿਹਾ ਹੈ, ਪੂਰੀ ਕਿਸਾਨੀ ਦਾ ਸਨਮਾਨ ਹੋ ਰਿਹਾ ਹੈ। ਇੱਕ ਵਾਰੀ ਜ਼ੋਰਦਾਰ ਤਾੜੀਆਂ ਰਜਿੰਦਰ ਭਾਅ ਜੀ, ਸੁਰਿੰਦਰ ਸਰ, ਸਾਰਿਆਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਇੱਕ ਸੰਗਤ ਦੀ ਆਵਾਜ਼ ਹੈ ਅਤੇ ਸੰਗਤ ਦੀ ਇੱਕ ਛੋਟੀ ਜਿਹੀ ਖਾਹਿਸ਼ ਹੈ। ਮੈਂ ਕਨਵਰ ਭਾਅ ਜੀ ਹੋਰਾਂ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਸੈਂਟਰ ਨਾ ਕਹਿੰਦੇ ਕੁਛ ਬਾਈ ਕਹਿੰਦੇ ਖੇਡਾਂ ਕੇ ਜਾਣ ਪਹਿਲੇ ਤੋਂ ਗੱਲ ਦੂੰਗਾ ਬਾਈ। ਹਾਂ ਮਾਇੰਡ ਰਹੀ ਹੈ ਜੀ।
ਗਰੇਵਾਲ ਸਾਹਿਬ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ। ਅਸੀਂ ਧੰਨਵਾਦ ਕਰਦੇ ਹਾਂ ਬੱਬੂ ਖਰਾਜਪੁਰ ਲੱਖਾ ਸਰਪੰਚ ਕਪੂਰਪੁਰ ਤੋਂ ਜੋ ਇੱਥੇ ਵੱਡੀ ਸੰਗਤ ਵਿੱਚ ਪਹੁੰਚੇ ਹਨ। ਹੁਣ ਅਸੀਂ ਬਾਬਾ ਭਗਵਾਨ ਸਿੰਘ ਜੀ ਦਾ ਸਨਮਾਨ ਕਰਾਂਗੇ ਜਿਨ੍ਹਾਂ ਨੇ ਪਿਛਲੇ 6 ਮਹੀਨਿਆਂ ਤੋਂ ਹੀ ਇਕੱਲਿਆਂ ਨੇ ਪੰਪ ਰੋਕਿਆ ਹੋਇਆ ਹੈ। ਇਸ ਤੋਂ ਬਾਅਦ ਸਾਡੇ ਕੁਛ ਅੰਦੋਲਨ ਦੇ ਸ਼ਹੀਦ ਉਹਨਾਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਜਾਣਾ ਹੈ। ਬਾਬਾ ਭਗਵਾਨ ਸਿੰਘ ਜੀ ਸਤਿ ਸ੍ਰੀ ਅਕਾਲ। ਅਸੀਂ ਸਰਦਾਰ ਮੇਹਰ ਸਿੰਘ ਥੇੜੀ ਜੀ ਨੂੰ ਕਹਾਂਗੇ ਕਿ ਸਟੇਜ 'ਤੇ ਆ ਜਾਣ। ਸਰਦਾਰ ਮੇਹਰ ਸਿੰਘ ਜੀ ਥੇੜੀ ਪ੍ਰੈਸ ਸਕੱਤਰ ਪੰਜਾਬ। Thank you.